ਓਏ ਮਾਸ਼ਾਅੱਲਾ ਕਿਹੜੀ ਸੋਹਣੀ ਗੱਲ ਕੀਤੀ, ਓਏ ਵਜਾਵੀਂ ਜ਼ਰਾ, ਵਜਾ ਜ਼ਰਾ, ਸਮਝ ਆ ਗਈ ਇਹਨੂੰ ਕਹਿੰਦੇ। ਚਲੋ ਨਿਕਲੋ ਇੱਕ ਵਾਰੀ, ਚਲੋ ਬਾਹਰ ਇੱਕ ਵਾਰੀ ਲੜੇ ਪਿੱਛੇ ਮੈਨੂੰ ਬਾਚਿਆਂ ਨੇ ਘੇਰ ਲਿਆ ਉੱਤੇ। ਕੀ ਹੋਇਆ ਮੇਰੀ ਭੈਣ ਨੂੰ, ਕੋਈ ਤਕਲੀਫ ਨਾ ਦੇਣਾ। ਇਹ ਜਾਨੀ ਦੇ ਹਾਲੀ ਹੈ ਅੱਧਾ ਕੁ ਘੰਟਾ। ਕੀ ਅਸੀਂ ਤੈਨੂੰ ਜੰਮੇ ਕਿ ਤੂੰ ਸਾਨੂੰ ਜੰਮਿਆ? ਅੱਜ ਤੁਸੀਂ ਮੈਨੂੰ ਜੰਮੇ ਚਾਰ ਲੱਗੇ ਲੱਗ। ਅੱਛਾ ਜੀ, ਹਲੇ ਰਸਮਾਂ ਹੋਣੀਆਂ ਨੇ। ਇਹ ਰਸਮ ਰਸਮ ਨਹੀਂ, ਇਹ ਤੇ ਰਸਮ ਹੈ। ਚਲੋ ਤੇ ਸਵੇਰੇ ਫਲੀਮਾ ਹੋਣਾ। ਇਹਨੇ ਘਟਾ ਸਾਡੀ ਭੈਣ ਨੂੰ ਖੁਸ਼ ਰੱਖਣਾ, ਸੁਹਾਗ ਦਾ ਤੂੰ ਇੰਜ ਕਰ ਦੇਣਾ। ਆਹੋ ਕੀ ਹੋਇਆ, ਕੀ ਹੋਇਆ ਭਾਈ? ਮੇਰੇ ਬੱਚਿਆ, ਇਹ ਸਾਡੀਆਂ ਕੁਝ ਖਾਨਦਾਨੀ ਰਸਮਾਂ ਹੈਗੀਆਂ ਨੇ। ਅੱਛਾ, ਹਾਂਜੀ, ਇਹ ਕਰਨੀਆਂ ਪੈਣੀਆਂ ਨੇ, ਉਸ ਤੋਂ ਬਾਅਦ ਤੁਹਾਨੂੰ ਇਜਾਜ਼ਤ ਹੈ। ਅੱਛਾ ਜੀ, ਹਾਂ ਪੁੱਤਰ ਵੇਖੋ, ਆਹ ਮੇਰੇ ਕੋਲ ਹੈਗਾ ਸਿੱਕਾ। ਅੱਛਾ ਜੀ, ਇਹ ਮੈਂ ਇਹਦੇ ਵਿੱਚ ਸੱਟਾਂਗਾ। ਅੱਛਾ, ਤੁਸੀਂ ਦੋਵੇਂ ਜਣੇ ਹੱਥ ਪਾ ਕੇ ਤੇ ਕੱਢਣਾ। ਜਿਹਦੇ ਹੱਥ ਸਿੱਕਾ ਆ ਗਿਆ, ਇਹ ਫਿਰ ਮੈਂ ਤੁਹਾਨੂੰ ਬਾਅਦ ਦੱਸਾਂਗਾ। ਵਿੱਚ ਵੀ ਕੋਈ ਰਾਜ਼ ਹੀ ਲੱਗ ਰਿਹਾ ਜੀ, ਬਜ਼ੁਰਗਾਂ ਦੀ ਹਰ ਗੱਲ 'ਚ ਕੋਈ ਰਾਜ਼ ਹੁੰਦਾ। ਚਲੋ ਚੱਲ, ਕੱਢ ਕੱਢ ਪਹਿਲਾਂ ਪਹਿਲੇ। ਭੈਣ ਸਾਡੀ ਹੈ, ਟੈਨਸ਼ਨ ਸਾਨੂੰ ਹੈ। ਉਹ ਲਾੜੇ ਦਾ ਪਿਆ ਸੁਹਾਗ ਰਾਤ ਦਾ ਕਿਤੇ ਹੋਰ ਇੰਤਜ਼ਾਮ ਕਰਦੇ। ਅੱਬਾ ਜੀ ਜਲਦੀ ਕਰੋ, ਮੈਂ ਥੱਲੇ ਬਹਿ ਗਈ ਆ। ਓਏ ਮੇਰੀ ਭੈਣ ਨੂੰ ਜ਼ੋਰ ਦੀ ਹੱਥ ਨਾ ਪਾਈਓ। ਧੱਕਾ ਜੋਈ ਭਾਈ ਨੂੰ, ਧੱਕਾ ਤੂੰ ਤੇ ਛੱਡ ਦੇ ਇੰਨੀ ਦੇ। ਮੈਂ ਲੋ ਯਾਰ, ਮੈਨੂੰ ਤਾਂ ਲੱਗਣ ਡਿਆ ਸੀ ਸੁਣਦੇ ਪਏ ਹੋ ਇਹ ਪੁੱਤਰ ਤੇ ਅਰਸ਼ ਚੌਧਰੀ ਜੀ ਨੂੰ ਭਾਈ ਭਾਈ ਜੱਫੀਆਂ ਪਾਉਣ ਲਿਆ ਜਾ ਕੇ। ਮੈਨੂੰ ਤੇ ਲੱਗਦਾ ਅਸੀਂ ਵਿਆਹ ਵਿਆਹ ਖੇਡਣ ਡਏ। ਅੱਬਾ ਪੁੱਤਰ ਇਹਨੂੰ ਅੱਜ ਹੀ ਰੱਖੀ ਫਿਰ। ਆਹ ਜੀ ਓਏ
ਤੈਨੂੰ ਪਤਾ ਇਸ ਦਾ ਕੀ ਮਤਲਬ ਹੁਣ ਸਾਰੀ ਜ਼ਿੰਦਗੀ ਹਿੰਦ ਥੱਲੇ ਲੱਗਾ ਮਜ਼ਾ ਆ ਜਾਏਗਾ ਅੰਤੇ ਮੇਰੀ ਜਦੋਂ ਸ਼ਾਦੀ ਹੋਈ ਸੀ ਮੈਂ ਸਿੱਧਾ ਹੱਥ ਪਾਇਆ ਉਹਦੇ ਹੱਥ ਆਏ ਟੀਪੂ ਸੁਲਤਾਨ ਕਾਲੀ ਬਣ ਡਿਆ ਪੁੱਤਰ ਦੋਵੇਂ ਹੁਣ ਥੱਲੇ ਲੱਗੇ ਰਹਾਂਗੇ ਸਾਰੇ ਹੁਣ ਕੀ ਹੋਇਆ ਹੁਣ ਕੀ ਬਸ ਮੰਜ਼ਰ ਯਾਦ ਆਈ ਜਾਣ ਡੇ ਚਲੋ ਲੈ ਜਾਂਦਾ ਉਹ ਜਾਲ ਆਪਣੇ ਆਪਣੇ ਘਰਾਂ ਨੂੰ ਜਾ ਕੇ ਬੈਠ ਜਾ ਚਲੋ ਜੀ ਐਂਟਰ ਨਹੀਂ ਹੈ ਚਲੋ ਹੁਣ ਮੇਰੇ ਪੁੱਤਰ ਦੀ ਜ਼ਿੰਮੇਵਾਰੀ ਬੰਦ ਤਰੋੜ ਹੁਣ ਸਾਡੀ ਭੈਣ ਜਾ ਪੁੱਤਰ 34 ਮਿੰਟ ਰਹਿ ਲਾ ਦੋ ਲਾ ਆਪ
ਖੁਸ਼ੀਆਂ ਤਬਾਹ ਬਰਬਾਦ ਕੀਤੀਆਂ ਭਾਈ ਨੇ ਸਰ ਬਾਕੀ 18 ਮਿੰਟ ਰਹਿ ਮੇਰੀ ਭੈਣ ਨੂੰ ਕੀ ਤਕਲੀਫ ਨਾ ਦੇ ਯਾਰ ਮੇਰੇ ਕੋਲ ਕੁਛ ਹੈਗਾ ਉਹ ਮੈਂ ਕਿਹੜਾ ਨਾਲ ਕੋਈ ਨੇਜ਼ਾ ਲੈ ਕੇ ਜਾਣਾ ਜਿਹੜਾ ਮੈਂ ਉੱਥੇ ਜਾ ਕੇ ਐਂ ਕਰਨੀ ਸ਼ੁਰੂ ਹੋ ਜਾਵਾਂ ਕਹਿ ਦਵਾਂ ਮੇਰੀ ਭੈਣ ਨੂੰ ਕੋਈ ਤਕਲੀਫ ਨਾ ਜਾ ਮੇਰਾ ਪੁੱਤਰ ਮੇਰਾ ਪੁੱਤਰ ਕਹਿ ਨਹੀਂ ਮੇਰੀ ਭੈਣ ਨੂੰ ਕੀ ਤਕਲੀਫ ਨਾ ਫਿਰ ਇੰਜ ਕਰ ਇੱਕ ਲੋਟਾ ਇੱਕ ਤਲਾਈ ਤੇ ਇੱਕ ਤਕੀਆ ਲੈ ਕੇ ਤੇ ਆਪਣੀ ਭੈਣ ਨੂੰ ਲਾਏ ਮੈਨੂੰ ਲੈ ਜਾ ਅੰਨੀ ਦੇ ਜਾ ਮੇਰਾ ਪੁੱਤਰ ਜਾ ਮੇਰਾ ਪੁੱਤਰ ਅੱਲਾਹ ਦਾ ਵਾਸਤਾ ਚਾਚਾ ਜੀ ਮੈਂ ਉਹਨੂੰ ਕਹਿ ਤਾ ਨਾ ਤੁਸੀਂ ਸਾਈਡ ਤੇ ਜੁੱਟੇ ਕਿ ਨਾ ਪੈਣਾ ਚਾਚਾ ਜੀ ਉਹ ਜਾ ਤਾ ਹੋ ਜਾ ਭਾਈ 18 ਮਿੰਟ ਰਹਿ ਗਏ ਨੇ ਭਾਈ ਜਲਦੀ ਆ ਜਾ ਮੇਰਾ ਪੁੱਤਰ 17 ਮਿੰਟ ਰਹਿ ਗਏ ਭਾਈ ਜਾਸਤੇ ਹਾਂ ਜਾ ਫੇਰ ਨਾ ਜਾ ਮੇਰਾ ਪੁੱਤਰ ਸਾਡੀ ਭੈਣ ਨੂੰ ਕੋਈ ਤਕਲੀਫ ਨਾ ਦੇ ਸਾਡੀ ਭੈਣ ਨੂੰ ਕੋਈ ਤਕਲੀਫ ਨਾ ਦੇ ਮੇਰੇ ਆਪਣੇ ਹਲਕੀ ਹਲਕੀ ਦਰਦ ਹੋਣ ਲੱਗ ਪਈ ਹੈ ਯਾਰ ਮੈਨੂੰ ਆਪ ਲੱਗਣ ਲੱਗ ਪਿਆ ਜਿਵੇਂ ਪਤਾ ਨਹੀਂ ਮੈਂ ਬੰਬ ਖਾਣ ਜਾ ਰਿਹਾ ਅੰਦਰ ਉਹ ਕੁਝ ਨਹੀਂ ਹੁੰਦਾ ਸਾਡੀ ਭੈਣ ਨੂੰ ਕੋਈ ਤਕਲੀਫ ਨਾ ਦੇ ਓਕੇ ਭਾਈ ਜੀ ਕੋਈ ਤਕਲੀਫ ਨਾ ਦੇ ਠੀਕ ਹੈ ਭਾਈ ਕੋਈ ਤਕਲੀਫ ਨਾ ਦੇ ਉਹਨੂੰ ਰਹਿਣ ਦੇ ਮੈਂ ਤੂੰ 10 ਮਿੰਟ ਆ ਜਾ ਰਹਾ ਮੇਰੀ ਬੜੀ ਲਾਡਾ ਨਾਲ ਪਾਲੀ ਪੈਣੇ ਭੈਣ ਪੈਰ ਬੜਾ ਫਸ ਕੇ ਜਾ ਰਿਹਾ ਇਹੋ ਹੀ ਉਮੀਦ ਮੈਂ ਨਹੀਂ ਲੈ ਕੇ ਚੱਲਾਂ ਮੇਰੇ ਬੱਚਿਆ ਬਾਕੀ 7 ਮਿੰਟ ਰਹਿ ਗਏ ਬਈ ਫਿਰ 2 ਖਜੂਰਾਂ ਵੀ ਮੰਗਾ ਦਿਓ ਮੇਰੇ ਤਰ੍ਹਾਂ 7 ਮਿੰਟ ਕਾਹਦੇ ਰਹਿ ਗਏ ਮੇਰੇ ਪੁੱਤਰ ਗੱਲ ਸੁਣ ਬਸ ਬਾਈ ਛੱਡ ਦਿਓ ਖੈਰ ਨਾਲ ਜਾ ਹਾਂਜੀ ਬਾਈ ਮੇਰੀ ਗੱਲ ਸੁਣ ਬਾਈ ਜਾਸਤ ਦਿਓ ਮੇਰੀਆਂ ਦੁਆਵਾਂ ਸਾਡੀ ਭੈਣ ਨੂੰ ਕੋਈ ਤਕਲੀਫ ਨਾ ਦੇ ਸਾਡੀ ਭੈਣ ਉਹ ਨਹੀਂ ਦੇਦਾ ਭਾਈ ਸਾਡੀ ਭੈਣ ਜਿਵੇਂ ਤੇਰੀ ਭੈਣ ਹੋਵੇ ਮੇਰੀ ਭੈਣ ਹੈ ਅਸੀਂ ਜਾ ਮੇਰਾ ਪੁੱਤਰ ਅੱਲਾ ਤੇਰੀ ਜ਼ਿੰਦਗੀ ਕਰੇ ਮੇਰੀਆਂ ਦੁਆਵਾਂ ਤੇਰੇ ਨਾਲ ਨੇ ਮੈਂ ਆਪਣੀਆਂ ਵੀ ਮੈਡੀਕਲ ਸਟੋਰ ਤੋਂ ਲੈ ਲਈਆਂ ਭਾਈ ਜਾਸਤੇ ਮੇਰਾ ਪੁੱਤਰ 4 ਮਿੰਟ ਰਹਿ ਗਏ ਜੋ ਭਾਈ ਚੱਲ ਜਾ ਤੇ ਗੱਲ ਸੁਣ ਹਾਂਜੀ ਠਾਸ ਕੇ ਰੱਖੀ ਬਿਲਕੁਲ ਉਹਦੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਭਾਈ ਹਾਂ ਗੱਲ ਸੁਣ ਪੁੱਤਰ ਇਹ ਹੀ ਟਾਈਮ ਹੈ ਜੇ ਤੇਰੇ ਕਾਬੂ ਆ ਜਾਵੇ ਤੇ ਆ ਜਾਵੇ ਨਹੀਂ ਤਾਂ ਸਾਰੀ ਜ਼ਿੰਦਗੀ ਨਹੀਂ ਆਵਣੀ ਠੀਕ ਹੈ ਭਾਈ ਜੀ ਜਾਂਦੇ ਇਸ ਗੱਲ ਦਾ ਧਿਆਨ ਰੱਖੀ ਮੇਰਾ ਪੁੱਤਰ ਜਾ ਖੈਰ ਨਾਲ ਜਾ ਗੱਲ ਸੁਣ ਹਾਂਜੀ ਪੁੱਤਰ ਟਾਈਮ ਖਤਮ ਹੋ ਗਿਆ
ਆਪਣੀ ਬੱਚੀ ਲੈ ਕੇ ਤੇ ਉੱਥੇ ਪਹੁੰਚ ਗਿਆ ਨਾ ਹਾਲ ਦੇ ਉੱਤੇ ਸਾਡੇ ਕੋਲ ਟਾਈਮ ਸੀ ਪੁੱਤਰ ਹੁਣ ਤੇਰਾ ਦੁਬਾਰਾ ਹੁਣ ਤੇਲ ਮਹਿੰਦੀ ਆਉਣੀ ਹੈ ਤੇ ਪਹਿਲਾਂ ਤੇਲ ਤੇ ਖੁਸ਼ ਕਰ ਲੈਂਦੇ ਹੋ ਮੈਨੂੰ ਟਾਈਮ ਖਤਮ ਹੋ